ਸਾਹਿਬ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਹੁਣ ਮੈਂ ਆਪਣੇ ਬੇਟੇ ਨੂੰ ਮੰਤਰੀ ਬਣਨਾ ਚਾਹੁੰਦਾ ਕਿ ਉਹ ਮੰਤਰੀ ਬਣਨ। ਮੇਰੇ ਪਿਤਾ ਨੇ ਸਿਰਫ ਇੰਨਾ ਕਿਹਾ ਹੈਗਾ ਕਿ ਬਈ ਹੁਣ ਮੇਰੇ ਬਾਅਦ ਜੋ ਹੈ ਮੇਰਾ ਪਿਤਾ ਪੋਲਿਟਿਕਸ 'ਚ ਹੈਗਾ, ਮੇਰਾ ਬੇਟਾ ਪੋਲਿਟਿਕਸ 'ਚ ਹੈਗਾ, ਇਹਨਾਂ ਨੂੰ ਵੋਟਾਂ ਪਾਓ, ਸਹਿਯੋਗ ਕਰੋ, ਜਿੰਨੇ ਉਹਨਾਂ ਨੇ ਕੰਮ ਕੀਤੇ ਨੇ ਉਹਦੇ ਬਦਲੇ ਜੋ ਹੈ ਲੋਕਾਂ ਦਾ ਕੀਤਾ ਕੰਮ ਸਵਾਰਿਆ ਹੈ ਉਹਦੇ ਬਦਲੇ ਹੁਣ ਮੇਰੇ ਬੇਟੇ ਨੂੰ ਬਹੁਤ, ਤਾਂ ਕਿ ਇਹ ਵੀ ਮੇਰੇ ਵਾਂਗ ਸਮਾਜ ਦੀ ਸੇਵਾ ਕਰ ਸਕੇ। ਚਰਚਾ ਵੀ ਹੈ ਕਿ ਖੇਡਾਂ ਵਾਲਾ ਜਿਹੜਾ ਮਹਿਕਮਾ ਖਾਲੀ ਪਿਆ ਮੀਤ ਫੇਅਰ ਤੋਂ ਬਾਅਦ ਸੀ ਐਮ ਸਾਹਿਬ ਤੋਂ ਗਿਆ, ਉਹ ਮਹਿਕਮਾ ਤੁਹਾਡੇ ਕੋਲ ਆ ਸਕਦਾ ਕਿਉਂਕਿ ਤੁਸੀਂ ਸਪੋਰਟਸ ਇੰਡਸਟਰੀ ਨੂੰ ਵੀ ਚੰਗੀ ਤਰ੍ਹਾਂ ਸਮਝਦੇ? ਦੇਖੋ ਮੈਂ ਪਹਿਲੇ ਵੀ ਕਿਹਾ ਹੈਗਾ ਕਿ ਦਿਸ ਇਜ਼ ਦਾ ਪੈਰੋਗੇਟਿਵ ਆਫ ਓਨਰੇਬਲ ਸੀ ਐਮ, ਬਾਕੀ ਅਸੀਂ ਸਪੋਰਟ ਇੰਡਸਟਰੀ ਸਾਡੀ ਹੈਗੀ ਹੈ, ਲੰਬੇ ਸਮੇਂ ਤੋਂ ਅਸੀਂ ਕੰਮ ਕਰਦੇ ਆ ਰਹੇ ਹੈਗੇ ਹਾਂ, ਸੋ ਸਾਡਾ ਉਹ 'ਚ ਕਿਆ ਇਸ਼ਾਰਾ ਮਿਲਿਆ ਕੋਈ? ਨਹੀਂ ਐਸਾ ਕੋਈ ਇਸ਼ਾਰਾ ਨਹੀਂ ਮਿਲਿਆ, ਨਾ ਮੈਨੂੰ ਕੋਈ ਮਤਲਬ ਕਿ ਮੇਰਾ ਰਾਈਟ ਹੈਗਾ। ਦੇਖੋ ਆਈ ਹੈਵ ਨੋ ਰਾਈਟ ਟੂ ਆਸਕ ਫਰੋਮ ਸੀ ਐਮ। ਸੋ ਇਹ ਜੋ ਜਨਰਲ ਬੈਸਟ ਦਾ ਇਲੈਕਸ਼ਨ ਦਾ ਰਿਜ਼ਲਟ ਆਇਆ ਹੈਗਾ, ਇਸ ਨੂੰ ਸਾਫ਼ ਕਲੀਅਰ ਹੋ ਗਿਆ ਕਿ ਜਿਹੜੇ ਆਉਣ ਵਾਲੇ ਬਾਈ ਇਲੈਕਸ਼ਨ ਨੇ 4 ਸੀਟਾਂ ਨੇ ਉਹ ਵੀ ਆਪਾਂ ਜਿੱਤਾਂਗੇ, ਉਹਦੇ ਨਾਲ ਜਿਹੜੀਆਂ ਕਾਰਪੋਰੇਸ਼ਨ ਇਲੈਕਸ਼ਨ ਹੋਣਗੇ ਉਹ ਵੀ ਸਾਡੇ ਮੇਅਰ ਆਮ ਆਦਮੀ ਪਾਰਟੀ ਦੇ ਬਣਨਗੇ, ਇਹ ਤੈਅ। ਭਗਤ ਚੁੰਨੀ ਲਾਲ ਇਸ ਪੌੜੀਆਂ ਚੜ੍ਹਦੇ ਸੀਗੇ, ਤੁਸੀਂ ਉਹਨਾਂ ਦੇ ਨਾਲ ਪੌੜੀਆਂ ਚੜ੍ਹਦੇ ਹੁੰਦੇ ਸੀਗੇ, ਲੇਕਿਨ ਉਹ ਵਿਧਾਇਕ ਸੀ, ਅੱਜ ਆਪ ਵਿਧਾਇਕ ਬਣ ਕੇ ਪੌੜੀਆਂ ਚੜ੍ਹੀਆਂ ਤੁਸੀਂ, ਸਪੀਕਰ ਸਾਹਿਬ ਤੱਕ ਪਹੁੰਚੇ। ਮਹਿੰਦਰ ਭਗਤ ਜਦੋਂ ਹੁਣ ਵੱਡੇ ਹੋ ਗਏ, ਜਦੋਂ ਭਗਤ ਚੁੰਨੀ ਲਾਲ ਹੋਰਾਂ ਦਾ ਪਰਛਾਵਾਂ ਜ਼ਰੂਰ ਨਾਲ ਹੈ, ਲੇਕਿਨ ਅੱਜ ਖੁਦ ਪੌੜੀਆਂ ਚੜ੍ਹੀਆਂ ਵਿਧਾਨ ਸਭਾ ਦੀਆਂ? ਪੌੜੀਆਂ ਚੜ੍ਹਣੀਆਂ ਪੈਂਦੀਆਂ, ਅਗਰ ਅੱਗੇ ਸਾਹਮਣੇ ਪੌੜੀਆਂ ਚੜ੍ਹਣੀਆਂ ਪੈਣਗੀਆਂ, ਸੋ ਇਸ ਕਰਕੇ ਤੁਸੀਂ ਜਿਹੜੀ ਗੱਲ ਕੀਤੀ ਗਈ ਹੈ, ਸੋ ਮੈਂ ਸਭ ਤੋਂ ਪਹਿਲੇ ਬਹੁਤ ਧੰਨਵਾਦ ਕਰਨਾ ਸਤਿਕਾਰਯੋਗ ਓਨਰੇਬਲ ਸੀਐਮ ਸਾਹਿਬ ਜੀ ਦਾ, ਜਿਨ੍ਹਾਂ ਨੇ ਅੱਜ ਆਪਣੇ ਨਾਲ ਮੈਨੂੰ ਲੈ ਕੇ ਆਏ, ਕਿਉਂਕਿ ਸਪੀਕਰ ਸਾਹਿਬ ਨੇ ਮੈਨੂੰ ਕੱਲ ਮੈਸੇਜ ਭੇਜਿਆ ਸੀ ਕਿ ਤੁਸੀਂ 3 ਵਜੇ ਆ ਕੇ, ਉਹ ਸੈਰੇਮਨੀ ਹੈਗੀ ਤੁਹਾਡੀ, ਸੋ ਮੈਨੂੰ ਸਪੀਕਰ ਸੀਐਮ ਸਾਹਿਬ ਨੇ ਬੁਲਾ ਕੇ ਆਪਣੇ ਨਾਲ ਲੈ ਕੇ ਆਏ ਨੇ, ਮੈਂ ਉਹਦਾ ਬਹੁਤ ਬਹੁਤ ਉਹਨਾਂ ਧੰਨਵਾਦ ਕਰਨਾ ਸੀਐਮ ਸਾਹਿਬ ਜੀ ਦਾ ਔਰ ਸਪੀਕਰ ਸਾਹਿਬ ਜੀ ਦਾ। ਮੈਂ ਚੁੰਨੀ ਲਾਲ ਸਾਹਿਬ ਦਾ ਇਸ ਕਰਕੇ ਜ਼ਿਕਰ ਕਰ ਰਿਹਾ ਸੀ, ਉਹਨਾਂ ਨੇ ਵਿਧਾਇਕ ਤੋਂ ਬਾਅਦ ਪੌੜੀਆਂ ਚੜ੍ਹੀਆਂ ਸੀ ਮੰਤਰੀ ਦੀਆਂ, ਹੁਣ ਤੁਹਾਡੇ ਚਿਹਰੇ ਤੇ ਸਮਾਈਲ ਵੀ ਦੱਸ ਰਹੀ ਹੈ, ਕਿਤੇ ਨਾ ਕਿਤੇ ਝੰਡੀ ਮਿਲ ਗਈ ਹੈ, ਉਹ ਪੌੜੀਆਂ ਅਗਲੀਆਂ ਪੌੜੀਆਂ ਤੁਸੀਂ ਚੜ੍ਹਨ ਲਈ ਤਿਆਰ ਹੋ? ਦੇਖੋ ਇਹ ਸਾਰਾ ਪੈਰੋਗੇਟਿਵ ਹੈਗਾ ਸੀਐਮ ਸਾਹਿਬ ਦਾ, ਅਸੀਂ ਦੱਸ ਰਹੀ ਹੈ ਵਰਕਰ ਹੈਗੇ ਹਾਂ, ਵਰਕਰਾਂ ਦਾ ਕੰਮ ਵਰਕ ਕਰਨਾ, ਸੋ ਮੈਂ ਇੱਕ ਵਰਕਰ ਪਾਰਟੀ ਦਾ ਹੈਗਾ, ਕਾਰਜਕਰਤਾ ਹੈਗਾ, ਪਹਿਲੇ ਵੀ ਕੰਮ ਕਰਦਾ ਆਇਆ ਹਾਂ ਔਰ ਅੱਗੋਂ ਵੀ ਕਰਾਂਗਾ। ਇਸ ਇਲਾਕੇ 'ਚ ਸਾਡਾ 20-25 ਸਾਲ ਦਾ ਸਾਡਾ ਇਸ ਇਲਾਕੇ 'ਚ ਵਰਕਿੰਗ ਹੋਈ ਹੈਗੀ ਹੈ, ਜਨਤਾ ਮੈਨੂੰ ਬੜੀ ਖੁਸ਼ੀ ਕਿ ਜਨਤਾ ਬਹੁਤ ਸਾਡੇ ਨਾਲ ਪਿਆਰ ਕਰਦੀ ਹੈ, ਅਸੀਂ ਵੀ ਜਨਤਾ ਨੂੰ ਹਮੇਸ਼ਾ ਆਪਣੇ ਇਲਾਕੇ ਨੂੰ ਪਰਿਵਾਰ ਸਮਝਿਆ ਔਰ ਭਗਤ ਸਾਹਿਬ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਹੁਣ ਮੈਂ ਆਪਣੇ ਬੇਟੇ ਨੂੰ ਮੰਤਰੀ ਬਣਨਾ ਚਾਹੁੰਦਾ ਕਿ ਉਹ ਮੰਤਰੀ ਬਣਨ, ਸਾਡੇ ਨਾਲ ਵਾਅਦਾ ਵੀ ਕੀਤਾ ਗਿਆ। ਨਹੀਂ ਮੇਰੇ ਪਿਤਾ ਨੇ ਸਿਰਫ ਇੰਨਾ ਕਿਹਾ ਹੈਗਾ ਕਿ ਬਈ ਹੁਣ ਮੇਰੇ ਬਾਅਦ ਜੋ ਹੈ ਮੇਰਾ ਪਿਤਾ ਪੋਲਿਟਿਕਸ 'ਚ ਹੈਗਾ, ਮੇਰਾ ਬੇਟਾ ਪੋਲਿਟਿਕਸ 'ਚ ਹੈਗਾ, ਇਹਨਾਂ ਨੂੰ ਵੋਟਾਂ ਪਾਓ, ਸਹਿਯੋਗ ਕਰੋ, ਜਿੰਨੇ ਉਹਨਾਂ ਨੇ ਕੰਮ ਕੀਤੇ ਨੇ ਉਹਦੇ ਬਦਲੇ ਜੋ ਹੈ ਲੋਕਾਂ ਦਾ ਕੀਤਾ ਕੰਮ ਸਵਾਰਿਆ ਹੈ ਉਹਦੇ ਬਦਲੇ ਹੁਣ ਮੇਰੇ ਬੇਟੇ ਨੂੰ ਬਹੁਤ, ਤਾਂ ਕਿ ਇਹ ਵੀ ਮੇਰੇ ਵਾਂਗ ਸਮਾਜ ਦੀ ਸੇਵਾ ਕਰ ਸਕੇ। ਸੀਐਮ ਸਾਹਿਬ ਨੇ ਕੀ ਗੁਰੂ ਮੰਤਰ ਦਿੱਤਾ, ਇਸ਼ਾਰਾ ਦਿੱਤਾ ਕਿ ਗਵਰਨਰ ਸਾਹਿਬ ਕੋਲ ਜਲਦੀ ਟਾਈਮ ਮੰਗ ਰਹੇ? ਸੀਐਮ ਸਾਹਿਬ ਨੇ ਮੈਨੂੰ ਨਿਰਦੇਸ਼ ਦਿੱਤੇ ਨੇ ਕਿ ਭਗਤ ਜੀ ਤੁਸੀਂ ਹੁਣ MLA ਬਣ ਗਏ ਹੋ, ਹੁਣ ਜਨਤਾ ਜਾਓ, ਜਨਤਾ ਨੂੰ ਜਾ ਕੇ ਮਿਲੋ, ਜਨਤਾ ਦੀ ਜੋ ਸਮੱਸਿਆ ਨੇ ਉਹ ਹੱਲ ਕਰੋ, ਤਾਂ ਕਿ ਤੁਹਾਡੇ ਕੋਲ ਹੁਣ ਡਿਸੀਜਨ ਲੈਣ ਦੀ ਪਾਵਰ ਆ ਗਈ ਹੈ ਤੇ ਲੋਕਾਂ 'ਚ ਜਾ ਕੇ ਲੋਕਾਂ ਦੇ ਵਿੱਚ ਰਹੋ ਔਰ ਲੋਕਾਂ ਦੇ ਜੋ ਸਮੱਸਿਆਵਾਂ ਨੇ ਉਹਨੂੰ ਹੱਲ ਕਰਨ ਵਾਸਤੇ ਪ੍ਰਸ਼ਾਸਨ ਦਾ ਸਹਿਯੋਗ ਲੈ ਕੇ ਕੰਮ ਕਰਕੇ ਕਹਿ ਰਿਹਾ ਸੀ। ਪੰਜਾਬ ਦਾ ਜਲੰਧਰ ਸ਼ਹਿਰ ਜਿਹੜਾ ਵਾ ਉਹ ਖੇਡਾਂ ਲਈ ਜਾਣਿਆ ਜਾਂਦਾ, ਚਰਚਾ ਵੀ ਹੈ ਕਿ ਖੇਡਾਂ ਵਾਲਾ ਜਿਹੜਾ ਮਹਿਕਮਾ ਖਾਲੀ ਪਿਆ ਮੀਤ ਫੇਅਰ ਤੋਂ ਬਾਅਦ ਸੀਐਮ ਸਾਹਿਬ ਕੋਲ ਗਿਆ, ਉਹ ਮਹਿਕਮਾ ਤੁਹਾਡੇ ਕੋਲ ਆ ਸਕਦਾ ਕਿਉਂਕਿ ਤੁਸੀਂ ਸਪੋਰਟਸ ਇੰਡਸਟਰੀ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹੋ? ਦੇਖੋ ਮੈਂ ਪਹਿਲੇ ਵੀ ਕਿਹਾ ਹੈਗਾ ਕਿ ਦਿਸ ਇਜ਼ ਦਾ ਪੈਰੋਗੇਟਿਵ ਆਫ ਓਨਰੇਬਲ ਸੀਐਮ, ਬਾਕੀ ਅਸੀਂ ਸਪੋਰਟ ਇੰਡਸਟਰੀ ਸਾਡੀ ਹੈਗੀ ਹੈ, ਲੰਬੇ ਸਮੇਂ ਤੋਂ ਅਸੀਂ ਕੰਮ ਕਰਦੇ ਆ ਰਹੇ ਹਾਂ, ਸੋ ਸਾਡਾ ਉਹ 'ਚ ਕਿਆ ਇਸ਼ਾਰਾ ਮਿਲਿਆ ਕੋਈ? ਨਹੀਂ ਐਸਾ ਕੋਈ ਇਸ਼ਾਰਾ ਨਹੀਂ ਮਿਲਿਆ, ਨਾ ਮੈਨੂੰ ਕੋਈ ਮਤਲਬ ਕਿ ਮੇਰਾ ਰਾਈਟ ਹੈਗਾ। ਦੇਖੋ ਆਈ ਹੈਵ ਨੋ ਰਾਈਟ ਟੂ ਆਸਕ ਫਰੋਮ ਸੀਐਮ,
ਔਰ ਇਹ ਪਾਰਟੀ ਦਾ ਸਾਰਾ ਪ੍ਰਗਟ ਹੈਗਾ, ਪਾਰਟੀ ਦਾ ਫੈਸਲਾ ਉਹ ਲੈਣਗੇ, ਪਾਰਟੀ ਜੋ ਕਰੇਗੀ ਸਾਨੂੰ ਸਿਰ ਮੱਥੇ ਤੇ ਜੋ ਜ਼ਿੰਮੇਵਾਰੀ ਦੇਗੀ ਮੈਂ ਉਹਨੂੰ ਬਾਖੂਬੀ ਨਿਭਾਵਾਂਗਾ, ਚਾਹੇ ਉਹ ਮੰਤਰੀ ਮੰਡਲ ਚੋ ਨਹੀਂ, ਜ਼ਿੰਮੇਵਾਰੀ ਜਿਹੜੀ ਦੇਣਗੇ ਮੈਨੂੰ, ਅਸੀਂ ਤਾਂ ਵਰਕ ਕਰਨਾ ਹੈਗਾ, ਅਸੀਂ ਤਾਂ ਕੰਮ ਕਰਨਾ ਹੈ, ਲੋਕਾਂ ਦੀ ਸੇਵਾ ਕਰਨੀ ਹੈਗੀ, ਠੀਕ ਹੈ ਜੀ। ਸੀਐਮ ਸਾਹਿਬ ਨੇ ਘਰ ਜਲੰਧਰ ਚ ਲਿਆ ਸੀ, ਉਹ ਘਰ ਖਾਲੀ ਰਹੇਗਾ ਜਾਂ ਉਹ ਘਰ ਚ ਸੀਐਮ ਸਾਹਿਬ ਨੇ ਅੱਜ ਵੀ ਕਿਹਾ ਹੈਗਾ ਕਿ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਦੋ ਦਿਨ ਜਲੰਧਰ ਰਹਿਣਗੇ, ਉਹ ਦੋ ਦਿਨ ਡੈਫੀਨੇਟਲੀ ਜਲੰਧਰ ਰਹਿਣਗੇ, ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਸਾਡੇ ਵਾਸਤੇ ਬਹੁਤ ਵਧੀਆ ਹੈਗਾ, ਦੁਆਬੇ ਵਾਸਤੇ ਬੜੀ ਵੱਡੀ ਮੈਂ ਕਹਿੰਦਾ ਗੋਲਡਨ ਚਾਂਸ ਹੈਗਾ, ਪਹਿਲੀ ਵਾਰੀ ਜਿਹੜਾ ਹੈਗਾ ਕਿਸੇ ਪੰਜਾਬ ਦਾ ਸਟੇਟ ਸੀਐਮ ਸਾਹਿਬ ਜਿਹੜੇ ਨੇ ਉੱਥੇ ਦੋ ਦਿਨ ਹਫ਼ਤੇ ਰਹਿਣਗੇ, ਇਹਦਾ ਸਾਨੂੰ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ। ਪਰਮਾਨੈਂਟ ਘਰ ਉਹਨਾਂ ਨੇ ਲੈ ਲਿਆ, ਪਰਮਾਨੈਂਟ ਘਰ ਲੈ ਲਿਆ ਜੀ, ਲਗਾਤਾਰ ਉਹਨਾਂ ਵਾਅਦਾ ਕੀਤਾ, ਪਹਿਲੇ ਹੀ ਉਹਨਾਂ ਡੂਰਿੰਗ ਇਲੈਕਸ਼ਨ ਕਿਹਾ ਸੀ ਕਿ ਅਸੀਂ ਦੋ ਦਿਨ ਰਵਾਂਗੇ, ਅੱਜ ਉਹਨਾਂ ਦੁਹਰਾਇਆ ਹੈਗਾ ਕਿ ਮੈਂ ਭਗਤ ਦੋ ਦਿਨ ਉੱਥੇ ਰਹਿਣ ਵਾਸਤੇ ਲਗਾਤਾਰ ਜੋ ਵਾਅਦਾ ਕੀਤਾ ਉਹਨੂੰ ਨਿਭਾਵਾਂਗੇ, ਦੋ ਦਿਨ ਰਵਾਂਗੇ, ਕਿਉਂਕਿ ਅੱਗੋਂ ਚਾਰ ਜ਼ਿਮਨੀ ਚੋਣਾਂ ਵੀ ਆ ਰਹੀਆਂ, ਪੰਚਾਇਤੀ ਚੋਣਾਂ, ਨਗਰ ਨਿਗਮ ਚੋਣਾਂ ਵੀ ਆ ਰਹੀਆਂ। ਦੇਖੋ ਇਹ ਜੋ ਜਲੰਧਰ ਵੈਸਟ ਦਾ ਇਲੈਕਸ਼ਨ ਦਾ ਰਿਜ਼ਲਟ ਆਇਆ ਹੈਗਾ, ਇਸ ਤੋਂ ਸਾਫ਼ ਕਲੀਅਰ ਹੋ ਗਿਆ ਕਿ ਜਿਹੜੇ ਆਉਣ ਵਾਲੇ ਬਾਈ ਇਲੈਕਸ਼ਨ ਨੇ ਚਾਰ ਸੀਟਾਂ ਨੇ ਉਹ ਵੀ ਆਪਾਂ ਜਿੱਤਾਂਗੇ, ਉਹਦੇ ਨਾਲ ਜਿਹੜੀਆਂ ਕਾਰਪੋਰੇਸ਼ਨ ਇਲੈਕਸ਼ਨ ਹੋਣਗੇ ਉਹ ਵੀ ਸਾਡੇ ਮੇਅਰ ਆਮ ਆਦਮੀ ਪਾਰਟੀ ਦੇ ਬਣਨਗੇ, ਇਹ ਤੈਅ ਹੈਗਾ। ਇਹ ਜਿਹੜਾ ਪਿੱਛੇ ਲੋਕਾਂ ਨੇ ਫਰਮ ਫੈਲਾਇਆ ਸੀ ਨਾ ਕਿ ਕੋਈ ਆਮ ਆਦਮੀ ਪਾਰਟੀ 'ਚ ਕੋਈ ਕਮੀ ਆਈ ਹੈਗੀ, ਇਸ ਇਲੈਕਸ਼ਨ ਨੇ ਸਾਰੇ ਹੀ ਸਭ ਨੂੰ ਇੱਕ ਕਲੀਅਰ ਕਰ ਦਿੱਤਾ ਹੈਗਾ ਕਿ ਦ ਟਾਈਮ ਇਜ਼ ਫਾਰ ਆਮ ਆਦਮੀ ਪਾਰਟੀ, ਕਿਉਂ ਆਮ ਲੋਕਾਂ ਦੀ ਪਾਰਟੀ ਹੈ, ਸੰਘਰਸ਼ ਨਿਕਲੀ ਹੋਈ ਪਾਰਟੀ ਹੈ, ਲੋਕਾਂ ਦੇ ਲਈ ਕੰਮ ਕਰ ਰਹੀ ਹੈ ਔਰ ਅੱਗੋਂ ਵੀ ਕਰੇਗੀ, ਲੋਕਾਂ ਨੂੰ ਵਿਸ਼ਵਾਸ ਆ ਗਿਆ। ਤੁਸੀਂ ਕਿਹਾ ਸੀ ਮੈਂ ਜਿੱਤਾਂਗਾ, ਤਾਂ ਜਿਹੜੀ ਸਿਵਰੇਜ ਦੀ ਸਮੱਸਿਆ, ਗੰਦੇ ਪਾਣੀ ਦੀ ਸਮੱਸਿਆ, ਜਿਹੜੇ ਉੱਥੇ ਕੋਈ ਮੋਬਾਈਲ ਜਾਂ ਕੋਈ ਵੈਸੇ ਲੁੱਟ ਖੋਹ ਚੱਲਦਾ ਜਾਂ ਨਸ਼ਾ ਥੋੜਾ ਬਹੁਤ ਚੱਲਦਾ, ਉਹ ਖਤਮ ਕਰਾਵਾਂਗਾ। ਹੁਣ ਕਿੰਨੇ ਦਿਨਾਂ ਚ ਜਾਂ ਕੀ ਰੋਲ ਤੁਹਾਡੇ ਕੋਲ? ਸਭ ਤੋਂ ਪਹਿਲੇ ਮੇਰੀ ਪ੍ਰਾਇਓਰਟੀ ਹੋਈ ਹੈਗੀ ਕਿ ਜਿਹੜੀਆਂ ਸਮਾਜ ਨੂੰ, ਜਨਤਾ ਨੂੰ ਬੇਸਿਕ ਨੀਡ ਚਾਹੀਦੀਆਂ, ਚਾਹੇ ਸੀਵਰੇਜ ਹੈ, ਵਾਟਰ ਸਪਲਾਈ ਹੈ, ਸਟਰੀਟ ਲਾਈਟ ਹੈ, ਉਹ ਪਹਿਲ ਦੇ ਆਧਾਰ ਤੇ ਹੋਣਗੀਆਂ ਹੱਲ। ਅਸੀਂ ਕੱਲ ਮਿਨਿਸਟਰ ਸਾਹਿਬ, ਲੋਕਲ ਬਾਡੀ ਮਿਨਿਸਟਰ ਸਰਦਾਰ ਬਲਕਾਰ ਸਿੰਘ ਜੀ ਲੋਕਲ 'ਚ ਮੀਟਿੰਗ ਵੀ ਕੀਤੀ ਹੈਗੀ, ਉਹਦੇ ਨਾਲ ਮੈਂ ਵੀ ਉੱਥੇ ਸੀ। ਸਾਰੇ ਅਫੀਸਰ ਸਾਹਿਬਾਨ ਨੂੰ ਕਿਹਾ ਹੈਗਾ ਕਿ ਤੁਸੀਂ ਪ੍ਰਾਇਓਰਟੀ ਦੇ ਉੱਪਰ ਇਮੀਡੀਏਟਲੀ ਜੋ ਸਮੱਸਿਆ ਹੈਗੀਆਂ ਲੋਕਾਂ ਦੀਆਂ ਉਹ ਹੱਲ ਕਰੋ, ਤਾਂ ਕਿ ਲੋਕਾਂ ਨੂੰ ਜਿਹੜੀ ਹੈਗੀ ਮੁੱਢਲੀਆਂ ਲੋੜਾਂ ਮਿਲਣ। ਉਹਨਾਂ ਨੇ ਵਾਅਦਾ ਕੀਤਾ ਸੀ ਬਹੁਤ ਜਲਦੀ ਰੈਗੂਲਰ ਡੇ ਬਾਏ ਡੇ ਅਸੀਂ ਵੀਕਲੀ ਉਹਨੂੰ ਮੋਨੀਟਰ ਵੀ ਕਰਾਂਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ। ਭਗਤ ਚੁੰਨੀ ਲਾਲ ਤੋਂ ਬਾਅਦ ਮਹਿੰਦਰ ਭਗਤ ਪੌੜੀਆਂ ਚੜੇ ਨੇ ਵਿਧਾਨ ਸਭਾ ਦੀਆਂ, ਕਹਿ ਰਹੇ ਨੇ ਕਿ ਜੋ ਵੀ ਜ਼ਿੰਮੇਵਾਰੀ ਲਗਾਏਗੀ ਉਹ ਅਸੀਂ ਬਖੂਬੀ ਨਿਭਾਵਾਂਗੇ ਔਰ ਜਿਹੜੇ ਵਾਅਦੇ ਕੀਤੇ ਸੀ ਕਹਿੰਦੇ ਜਲਦੀ ਉਹਨਾਂ ਨੂੰ ਪੂਰੇ ਕਰਾਂਗੇ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਵਿਧਾਨ ਸਭਾ।